हाँ भाई हो गया एंट्री, सारा कुछ हो गया। उधर दिखाइए, लो जी हुण असीं नॉर्थ गोवा आ चुके हाँ। बंदे अपने पहुंच गए ने, समान आ रहा। किवें आ माहौल इत्थों दा? माहौल बहुत सोहना, नवां होटल, नवी लोकेशन। पहला साउथ गोवा सीगे, हुण नॉर्थ गोवा। ਉੱਪਰ ਪੂਲ ਬਹੁਤ ਵਧੀਆ, ਬਹੁਤ ਵਧੀਆ। ਇੱਕ ਰੂਮ ਉਹ ਆ, ਇੱਕ ਰੂਮ ਇਹ ਆ। ਇਹ ਸਾਡਾ ਬੰਦਾ ਪਹਿਲਾਂ ਸਹੂਲਤ ਚੈੱਕ ਕਰਦਾ ਵੀ ਏ ਸੀ ਚੱਲ ਰਿਹਾ, ਪੱਖਾ ਚੱਲ ਰਿਹਾ, ਬੱਲੇ ਵੀ ਬੱਲੇ, ਹਰ ਇੱਕ ਚੀਜ਼ ਚਲਾ ਕੇ ਦੇਖਦਾ ਪਹਿਲਾਂ ਵੀ ਕੋਈ ਚੀਜ਼ ਪਿੱਛੋਂ ਕਮੀ ਨਾ ਰਹਿ ਜਾਵੇ, ਬਾਅਦ ਚ ਦਿੱਕਤ ਆਊਗੀ। ਬਹੁਤ ਸੋਹਣਾ। ਸਾਊਥ ਗੋਵਾ ਤੋਂ ਨੌਰਥ ਗੋਵਾ ਤੁਹਾਡਾ ਸਵਾਗਤ ਹੈ। ਵੈਲਕਮ ਟੂ ਨੌਰਥ। ਹੋਟਲ ਚੋਂ ਨਿਕਲਿਆ ਅਤੇ ਹੁਣ ਬਾਘਾ ਬੀਚ ਜਾ ਰਹੇ ਹਾਂ। ਅਤੇ ਦੇਖੋ ਤੁਸੀਂ, ਹੋਟਲ ਚੋਂ ਨਿਕਲ ਗਏ ਅਤੇ ਬੀਚ ਜਾ ਰਹੇ ਹਾਂ। ਬਾਜ਼ਾਰ ਲਓ ਜੀ, ਪਹੁੰਚ ਗਏ। ਬੈਠੋ ਬੀਚ ਤੇ, ਕੀ ਗੱਲ? ਲਿਖੇਗਾ ਗਾਣੇ ਇੱਕ ਦੀ ਲਿਖਾਂਗੇ ਵੀ, ਹੁਣ ਬੀਚ ਤੇ ਲਿਖਾਂਗੇ, ਬੀਚ ਤੇ ਬੀਚ ਤੇ ਘੁੰਮ ਕੇ ਆਇਆ ਨਾ। ਚਲੋ ਬਾਈ, ਸਮਾਨ ਮਿਲ ਗਿਆ ਮੁੰਡੇ ਨੂੰ, ਹੁਣ ਪ੍ਰਸ਼ਾਦਾ ਕਲਮ ਲੈ ਕੇ ਪਾੜ ਦੇਣੀ ਆ, ਇੰਨੀ ਕਲਮ ਲੈ ਕੇ। ਹਾਂ ਨਹੀਂ, ਬਹੁਤ ਵਧੀਆ। ਇੱਧਰ ਵਰਤਾਵੇ ਵਰਤਾ ਰਹੇ ਨੇਗੇ, ਵਰਤਾਵੇ ਵਰਤਾ ਰਹੇ ਨੇ, ਕੋਈ ਨਾ ਕੋਈ ਨਾ, ਗਰਮੀ ਬਹੁਤ ਹੈ ਇੱਥੇ। ਇੱਧਰ ਮੈਨੂੰ ਵੀ ਦਾਸ ਨੂੰ ਵੀ ਪਾ ਦਿਓ, ਦਾਸ ਦੀ ਪਲੇਟ, ਦਾਸ ਦੀ ਪਲੇਟ ਖਾਲੀ ਪਈ ਏ, ਦਾਸ ਨੂੰ ਵੀ ਪਾ ਦਿਓ। ਕੀ ਢਾਬੇ ਦਾ ਕੀ ਨਾਮ ਆਯੂ ਵੀ, ਢਾਬੇ ਦਾ ਕੀ ਨਾਮ ਆ? ਪੰਜਾਬੀ, ਪੰਜਾਬੀ ਗ੍ਰਿਲ। ਹੁਣ ਤੱਕ ਤਾਂ ਸਾਨੂੰ ਬਹੁਤ ਵਧੀਆ ਮਾਰਨਿੰਗ ਦਾ ਬ੍ਰੇਕਫਾਸਟ ਤੇ ਨਾਸ਼ਤਾ ਬਹੁਤ ਵਧੀਆ ਮਿਲ ਰਿਹਾ। ਅੱਗੇ ਦਾ ਬਾਰੇ ਅੱਗੇ ਤੁਹਾਨੂੰ ਦੱਸਦੇ ਰਹਾਂਗੇ ਕਿਵੇਂ ਵੀ ਆ ਮਾਹੌਲ। ਸ਼ੁਕਰ ਹੀ ਸ਼ੁਕਰ ਹੈ ਫਿਲਹਾਲ। ਆਈ ਮੋਟੇ ਇੱਧਰ ਨੂੰ, ਹੁਣ ਮੈਂ ਕਿਤੇ ਹੀ ਦੱਸਦਾ ਕੀ ਚੱਕਰ ਕੀ ਪੈ ਗਿਆ। ਚੱਕਰ ਪੈ ਗਿਆ ਇਹ, ਹਾਂਜੀ ਅਸੀਂ ਪੀਣ ਲੱਗ ਗਏ ਬਾਈ ਦੁੱਧ। ਮੈਂ ਤੇ ਜਵਰਾਜ ਆ, ਜਵਰਾਜ ਨੂੰ ਰਾਤ ਨੂੰ ਦੁੱਧ ਪੀ ਕੇ ਪੈਣ ਦੀ ਆਦਤ ਆ, ਨਾਲ ਉਹਦੇ ਨਾਲ ਮੈਂ ਵੱਗ ਗਿਆ। ਮੈਂ ਚੱਲ ਬਣਾਊਂਗਾ ਮੈਂ, ਮੈਂ ਵੀ ਪੀਊਂ, ਕਹਿੰਦਾ ਕੋਈ ਚੱਕਰ ਨਹੀਂ ਪੀ ਰਹੀ। ਨਾਲ ਗੁਰਸੇਵਕ ਆ ਗਿਆ ਬਾਈ, ਗੁਰਸੇਵਕ ਕਹਿੰਦਾ ਮੈਂ ਵੀ ਦੁੱਧ ਪੀਣਾ, ਅਤੇ ਅਸੀਂ ਬਣਾ ਕੇ ਪੀਣ ਲੱਗ ਗਏ। ਗੁਰਸੇਵਕ ਜਾ ਕੇ ਹੁਣ ਸਾਰਿਆਂ ਕੋਲ ਪੀਣ ਲੱਗ ਗਿਆ, ਉਹ ਵੀ ਆਪਦੀ ਥਾਂ ਸਹੀ ਸੀ। ਉਹ ਕਹਿੰਦਾ ਫਿਰ ਯਾਰ ਬੇਈਮਾਨੀ ਜੀ ਹੋਜੂਗੀ, ਤਿੰਨੇ ਪੀ ਜਾਂਦੇ ਹਾਂ। ਉਹਨੇ ਜਾ ਕੇ ਸਾਰਿਆਂ ਨੂੰ ਪੁੱਛਿਆ, ਸਾਰੇ ਕਹਿੰਦੇ ਜੋ ਕੁੱਟ ਭਰਾਈ ਸਾਰਿਆਂ ਨੂੰ ਵਧੀਆ ਲੱਗਿਆ, ਕਹੋਗੇ ਸ਼ੈਫ ਫਿਰ ਮੈਂ ਆ, ਫਿਰ ਸਾਰੇ ਕਹਿੰਦੇ ਪੀਣਾ ਹੁਣ ਦੁਬਾਰੇ ਫਿਰ ਪੈ। ਬਾਈ ਸ਼ੈਫ ਵਾਲੀ ਕੋਈ ਗੱਲ ਨਹੀਂ, ਦੁੱਧ ਬਸ ਗਰਮ ਕੀਤਾ ਇਹਨੇ, ਉਹ ਘੈਂਟ ਬਣ ਗਿਆ। ਬਾਕੀ ਉਹ ਦੁੱਧ ਵਧੀਆ ਸੀਗਾ, ਜਿਵੇਂ 3 ਫੈਟ ਵਾਲਾ, ਜਿਵੇਂ ਆਪਾਂ ਕਹਿੰਦੇ ਗਾਂ ਦਾ ਦੁੱਧ ਹੁੰਦਾ ਘਰ ਦਾ, ਉਹ ਸਿਸਟਮ ਸੀ ਜਿਹੜੀ ਆ ਦੁਕਾਨ ਆਏ 24 ਘੰਟੇ ਖੁੱਲ੍ਹੀ ਰਹਿੰਦੀ ਆ। ਲਓ ਜੀ ਦੁੱਧ ਲੈ ਲਿਆ। ਹਾਂ ਬਾਈ ਦੇ ਮਨ 'ਚ ਇੱਕ ਗੱਲ ਰਹਿ ਗਈ ਸੀ, ਮੇਰੇ ਮਨ 'ਚ ਇੱਕ ਗੱਲ ਰਹਿ ਗਈ ਸੀ। ਸਮਰ ਨੇ ਕਿਹਾ ਸੀ ਨਾ ਵੀ ਤੂੰ ਕਿੱਥੇ ਵੀ ਦੁੱਧ ਹੀ ਵਧੀਆ ਸੀਗਾ। ਬਾਈ ਜਿਹੜੇ ਪੁਰਾਣੇ ਵਲੌਗ ਦੇਖਦੇ ਆ ਸਾਰਿਆਂ ਨੂੰ ਪਤਾ ਵੀ ਕੌਣ ਖਾਣਾ ਬਣਾਉਂਦਾ, ਮੈਂ ਹੁੰਦਾ ਜਾਂ ਤੀਰਥ ਵੀਰਾ ਹੁੰਦਾ, ਅਸੀਂ ਦੋ ਹੀ ਬਣਾਉਂਦੇ ਆ, ਜਿਹੜੇ ਪੁਰਾਣੇ ਦੇਖਦੇ ਸਾਰਿਆਂ ਨੂੰ ਪਤਾ। ਹੁਣ ਇਹ ਦੁਕਾਨ 'ਤੇ ਖੰਡ ਲੈਣ ਗਿਆ, ਉਹ ਕਹਿੰਦਾ ਬਾਈ ਕਿੰਨੇ ਦੇਗਾ? 1/2 ਕਿਲੋ। ਆਹ ਦੇਖ ਲਓ ਸ਼ੈਫ ਸਾਹਿਬ, ਆਹ ਦੇਖ ਲਓ ਸ਼ੈਫ ਸਾਹਿਬ, ਆਹ ਸ਼ੈਫ ਸਾਹਿਬ ਨੇ ਬੜੀ ਗੱਲ ਸੁਣ, ਆਹ ਕੰਮ ਹੋ ਗਿਆ ਅੰਦਰ ਦੀ ਦੱਸਣਾ।
ਤੁਸੀਂ ਦੱਸੋ ਘਰ ਦੀ ਯਾਦ ਕਰਾ ਦਿਲਾ ਤੀ ਨੇ ਮੈਨੂੰ ਮਤਲਬ ਮੈਂ ਇਮੋਸ਼ਨਲ ਹੋ ਗਿਆ ਵੀ ਮੈਨੂੰ ਇੰਨਾ ਵਧੀਆ ਦੁੱਧ ਮਿਲਿਆ ਤੂੰ ਧੰਨਵਾਦ ਕਰਨਾ ਉੱਠ ਕੇ ਬਾਈ ਉੱਠੋ ਜੀ ਯਾਰ ਦੇਖੋ ਦੁੱਧ ਦੁੱਧ।